ਬੇਸ਼ੱਕ ਪੰਜਾਬ ਸਰਕਾਰ ਵੱਲੋਂ 1 ਤਰੀਕ ਤੋਂ ਕਣਕ ਦੀ ਖਰੀਦ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਪਰ ਅਜੇ ਵੀ ਕਈ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ ਹੈ ਤੇ ਪੂਰੇ ਪੰਜਾਬ ਦੇ ਵਿੱਚ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਔਕੜ ਨਹੀਂ ਦਿੱਤੀ ਜਾਵੇਗੀ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਮੀਡੀਆ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ, ਪਰ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਦੀਆਂ ਹਨ, जिथे हकीकत कुछ और ही नजर आउंदी है। नवी दाणा मंडी दे विच कूड़े दे बड़े बड़े ढेर लगे हन अते आवारा पशु घूमते हुए नज़र दिखाई दे रहे हैं। उत्थे मंडी दे विचों बने हुए सैडा दे विच भी जिथे ट्रैक्टर ट्राली ट्रक अते होर वाहन खड़े होंदे नज़र आउंदे हन। उन्हां सारे प्रबंधां दे बारे जदों जिला मंडी अफसर नाल गलबात की गई तां उन्हां दा कहना सी कि उन्हां वल्लों पुख्ता प्रबंध किए गए हैं अते किसानां नूं कोई भी मुश्किल नहीं आउण दित्ती जाएगी। मंडी च सारे जिहड़े भी प्रबंध हैगे जी मंडी बोर्ड दीआं हदायतां अनुसार उह सारे करवाए जा रहे ने। मान लो मंडियां सफाई का प्रबंध है, पानी का प्रबंध है, लाइटां का प्रबंध है, कोई टॉयलेट्स वगैरह ने, तो वह सारे प्रबंध मतलब मुकम्मल करवाए जाणगे। पशुआं वास्ते ये मुकसर जिहड़ी मंडी हैगी अपनी उह वी शहर की आबादी च होण करके ते मंडी सारे पासे ओपन सी, तां करके असीं ना इत्थे मंडी नूं बंद करवा रहे हैं। इत्थे गेट लवा रहे हैं, कई साइड तों बाउंड्री वॉल टुट्टी हुई सी, वह बाउंड्री वॉल बंद करवाई हैगी है। तो हुण असीं बस इस तों बाद जदों गेटां दा काम मुकम्मल हो जांदा है ਤਾਂ ਇੱਕ ਵਾਰ ਇਹਨਾਂ ਨੂੰ ਜਿਹੜੇ ਬਾਹਰ ਗਊਸ਼ਾਲਾ ਇਹਨੂੰ ਵੀ ਰਿਕੁਐਸਟ ਕਰਾਂਗੇ ਵੀ ਸਾਨੂੰ ਸਪੋਰਟ ਕਰਨ ਅਤੇ ਮੰਡੀ ਵਿੱਚ ਆਪਾਂ ਪਸ਼ੂਆਂ ਨੂੰ। ਗੇਟ ਜਿਹੜੇ ਹੈਗੇ ਜੀ ਆਲਮੋਸਟ ਮਤਲਬ ਲੱਗ ਚੁੱਕੇ ਆ, ਜਿਹੜਾ ਮੰਡੀ ਬੋਰਡ ਦਾ ਸਾਡਾ ਸਿਵਲ ਵਿੰਗ ਹੈ ਉਹ ਲਾ ਰਹੇ ਨੇ। ਮੇਰੀ ਐਕਸ਼ਨ ਸਾਹਿਬ ਨਾਲ ਡੇਲੀ ਇਸ ਬੇਸ 'ਤੇ ਗੱਲ ਹੁੰਦੀ ਹੈ, ਆਪਣੇ ਦੋ ਗੇਟ ਰਹਿ ਗਏ ਪਰ ਉਹ ਵੀ ਉਹ ਕਹਿੰਦੇ ਵੀ ਜਲਦੀ ਅਸੀਂ ਕਿਉਂਕਿ ਹਜੇ ਕਣਕ ਦੀ ਆਮਦ ਦੀ 8-10 ਦਿਨ ਸੰਭਾਵਨਾ ਨਹੀਂ ਹੈ ਅਤੇ ਗੇਟਾਂ ਦਾ ਕੰਮ 2-3 ਦਿਨਾਂ ਤੱਕ ਮੁਕੰਮਲ ਕਰ ਲਿਆ ਜਾ। ਕਿਸਾਨਾਂ ਨੂੰ ਜੀ ਸਾਡੀ ਇੱਕ ਇਹੀ ਅਪੀਲ ਹੈਗੀ ਹੈ ਵੀ ਜੇ ਉਹ ਆਪਣੀ ਕਣਕ ਇੱਕ ਤਾਂ ਪੂਰੀ ਤਰ੍ਹਾਂ ਮੰਡੀਆਂ ਸੁਕਾ ਕੇ ਲੈ ਕੇ ਆਉਣ ਅਤੇ ਕਣਕ ਨੂੰ ਹਰੀ ਨਾ ਵੱਢਣ, ਜਲਦੀ ਨਾ ਕਰਨ ਕੋਈ ਜਲਦੀ ਮਤਲਬ ਵੱਢਣ ਦੇ ਵਿੱਚ ਸਾਰੀ ਕਿਸਾਨਾਂ ਦੀ ਹੈ ਨਾ। ਪੰਜਾਬ ਸਰਕਾਰ ਦਾ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਪੰਜਾਬ ਸਰਕਾਰ ਦਾ ਹੈਗਾ ਕਿ ਕਣਕ ਸਾਰੀ ਕਣਕ ਦੀ ਖਰੀਦ ਕੀਤੀ ਜਾਊਗੀ, ਜ਼ਿਮੀਦਾਰ ਨੂੰ ਇੱਕ ਦਾਣਾ ਖਰੀਦਿਆ ਜਾਊਗਾ। ਪਰੰਤੂ ਇਹੀ ਹੈ ਕਿ ਜਦੋਂ ਕਣਕ ਗਿੱਲੀ ਮੰਡੀ 'ਚ ਆ ਜਾਂਦੀ ਹੈ ਤਾਂ ਮੰਡੀ 'ਚ ਗਲੱਟ ਗਿੱਲੀ ਮੰਡੀ 'ਚ ਆ ਜਾਂਦੀ ਹੈ ਤਾਂ ਮੰਡੀ 'ਚ ਗਲੱਟ ਲੱਗ ਜਾਂਦਾ, ਮੰਡੀਆਂ ਭਰ ਜਾਂਦੀਆਂ ਕਿਉਂਕਿ ਉਹਦੀ ਨਵੀਂ ਜਲਦੀ ਰੇਂਜ 'ਚ ਆਉਂਦੀ ਨਹੀਂ ਵਾਪਸ ਅਤੇ ਉਹਦੀ ਖਰੀਦ ਨਹੀਂ ਹੋ ਪਾਉਂਦੀ। ਇਸ ਲਈ ਬਸ ਸਾਡੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਫਸਲ ਨੂੰ ਸੁਕਾ ਕੇ ਲੈ ਕੇ ਆਉਣ ਤਾਂ ਕਿ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਖਰੀਦ ਹੋ ਕੇ ਉਹ ਆਪਣਾ ਘਰ ਜਾ ਸਕਣ। ਪ੍ਰਸ਼ਾਸਨ ਵੱਲੋਂ ਦਾਅਵਾ ਠੋਕਿਆ ਜਾ ਰਿਹਾ ਹੈ ਕਿ ਮੰਡੀਆਂ ਦੇ ਵਿੱਚ ਫਸਲ ਆਉਣ ਦੇ ਲਈ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾਏਗੀ, ਪਰ ਤਸਵੀਰਾਂ ਸਭ ਬਿਆਨ ਕਰ ਰਹੀਆਂ ਹਨ, ਪਰ ਵੇਖਣ ਵਾਲੀ ਗੱਲ ਹੋਏਗੀ ਕਿ ਖਬਰ ਦਿਖਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਕੀ ਕਦਮ ਚੱਕਦਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਜਗਬਾਣੀ ਟੀਵੀ ਲਈ AH ਟੁੱਡੀ ਦੀ ਰਿਪੋਰਟ।